ਉੱਥੇ ਹੈ, ਰਾਤਾਂ ਦੀ ਨੀਂਦ ਸਾਡੇ ਉਹਨਾਂ ਨਾਲ ਹੈ, ਪਰ ਉਹਨਾਂ ਦੀ ਭਾਵਨਾ, ਕਿਸਾਨੀ ਦੀ ਭਾਵਨਾ ਨੂੰ ਦੇਖ ਕੇ ਅਸੀਂ ਮੇਨ ਲੀਡਰਸ਼ਿਪ ਅਸੀਂ ਜਾਣ ਕੇ ਉੱਥੇ ਨਹੀਂ ਹੈ, ਪਰ ਸਾਡੇ ਵਰਕਰ, ਸਾਡੇ ਸਾਰੇ ਲੋਕ, ਸਾਰੇ ਉੱਥੋਂ ਦੇ ਲਗਾਤਾਰ ਸੰਘਰਸ਼ ਹੈ, ਬੱਚੇ ਬੱਚੇ ਉੱਥੇ ਸੰਘਰਸ਼ ਹੈ। ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ, ਜਿਹੜੇ ਅਫਸਰ ਤੇ ਬੈਠੇ ਬਾਬੂਆਂ ਤੋਂ ਕਹਿਣ ਤੇ ਤੁਸੀਂ ਕਿਸਾਨ ਬਿੱਲ ਬਣਾਉਣੇ ਹੋ, ਸ਼੍ਰੋਮਣੀ ਅਕਾਲੀ ਦਲ ਨੇ ਕੀ ਉੱਥੇ ਬੇਨਤੀ ਕੀਤੀ ਪ੍ਰਧਾਨ ਮੰਤਰੀ ਨੂੰ? ਮੈਂ ਪਾਰਲੀਮੈਂਟ 'ਚ ਗੱਲ ਕਹੀ ਸੀ ਕਿ ਤੁਸੀਂ ਬਿੱਲ ਪਾਸ ਕਰਨ ਤੋਂ ਪਹਿਲੇ, ਤੁਸੀਂ ਬਿੱਲ ਲਿਆਏ ਹੋ, ਤੁਸੀਂ ਪਾਰਲੀਮੈਂਟ ਦੀ ਸਿਲੈਕਟ ਕਮੇਟੀ ਨੂੰ ਭੇਜ ਦਿਓ। ਸਿਲੈਕਟ ਕਮੇਟੀ ਹਿੰਦੁਸਤਾਨ ਦੇ ਕੋਨੇ ਕੋਨੇ 'ਚ ਕਿਸਾਨਾਂ ਜਥੇਬੰਦੀ ਨਾਲ ਗੱਲ ਕਰਕੇ, ਉਹਨਾਂ ਨਾਲ ਵਿਚਾਰ ਲੈ ਕੇ, ਅਤੇ ਜੋ ਰਿਕਮੈਂਡੇਸ਼ਨ ਸਿਲੈਕਟ ਕਮੇਟੀ ਦੀ ਹੈ ਉਹ ਲਾਗੂ ਕਰ ਲਓ। ਉਦੋਂ ਨਹੀਂ ਮੰਨੇ, ਜੇ ਸਿਲੈਕਟ ਕਮੇਟੀ ਨੂੰ ਦੇਣ ਨੂੰ ਯਾਦ ਨਹੀਂ ਹੈ, ਜਿੱਥੇ ਆਲ ਪਾਰਟੀ ਦੀ MPs ਹੁੰਦੇ ਹੈ, ਡੈਮੋਕ੍ਰੇਸੀ ਵਿੱਚ ਹਜ਼ਾਰਾਂ ਐਕਟ ਸਿਲੈਕਟ ਕਮੇਟੀ ਨੂੰ ਜਾਂਦੇ ਹੈ, ਆਹ ਕਿਉਂ ਨਹੀਂ? ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਜਿੱਦ ਹੈ ਕਿ ਅਸੀਂ ਆਹ ਲਾਗੂ ਕਰਨਾ। ਮੈਂ ਇਹੀ ਕਹਿਣਾ ਚਾਹੁੰਦਾ ਪ੍ਰਧਾਨ ਮੰਤਰੀ ਨੂੰ, ਮੈਂ ਬੇਨਤੀ ਕਰਨਾ ਚਾਹੁੰਦਾ, ਸਾਡੇ ਤੁਹਾਡੇ ਪਰਿਵਾਰ ਬੈਠੇ ਹੈ, ਜੇ ਪ੍ਰਧਾਨ ਮੰਤਰੀ ਤੁਹਾਡੀ ਮਾਤਾ ਜੀ ਬਾਹਰ ਬੈਠੇ ਹੁੰਦੇ ਜਾਂ ਤੁਹਾਡੇ ਕੋਈ ਰਿਸ਼ਤੇਦਾਰ ਪੈਂਦੇ, ਤੁਹਾਨੂੰ ਕੀ ਲੱਗਦਾ? ਆਹ ਸਾਰੇ ਤੁਹਾਡੇ ਪਰਿਵਾਰ ਹੈ, ਆਹ ਜਿੰਨੇ ਕਿਸਾਨ ਬੈਠੇ ਆ ਤੁਹਾਡੇ ਪਰਿਵਾਰ ਬੈਠੇ ਆ, ਠੰਡ 'ਚ ਬੈਠੇ ਆ, ਤੁਸੀਂ ਦੇਖੋ, ਤੁਸੀਂ ਸਮਝੋ ਉਹਨਾਂ ਦੀ ਭਾਵਨਾ। ਆ ਦੇਸ਼ ਦੇ ਅੰਨਦਾਤਾ ਤੁਹਾਨੂੰ ਪ੍ਰਧਾਨ ਮੰਤਰੀ ਬਣਾਉਣ ਵਾਲੇ ਹੈ, ਜੇ ਪ੍ਰਧਾਨ ਮੰਤਰੀ ਨੂੰ ਬਣਾਉਣ ਵਾਲੇ ਖੁਸ਼ ਨਹੀਂ, ਫਿਰ ਪ੍ਰਧਾਨ ਮੰਤਰੀ ਇਹ ਤੋਂ ਵੱਧ ਕਿਵੇਂ ਚੁੱਪ ਰਹਿ ਸਕਦੇ? ਮੈਂ ਉਹਦੀ ਗੱਲ ਨਹੀਂ ਕਰਨਾ। ਕਾਰਪੋਰੇਟ ਅਦਾਰਿਆਂ ਦਾ ਲਗਾਤਾਰ ਦਬਾਅ ਹਾਲੇ ਤੱਕ ਬਣਿਆ ਹੋਇਆ ਇਸ ਸਰਕਾਰ ਦੇ ਉੱਤੇ, ਜਿਵੇਂ ਅਡਾਨੀ ਅੰਬਾਨੀ ਦਾ ਨਾਮ ਲਿਆ ਜਾ ਰਿਹਾ। ਮੈਨੂੰ ਕਹਿਣ ਦੀ ਲੋੜ ਨਹੀਂ, ਤੁਹਾਡੇ ਮੀਡੀਆ ਚੈਨਲ ਹੀ ਰੋਜ਼ ਦੱਸਦੇ ਰਹਿੰਦੇ। ਮੈਂ ਬੱਚਾ ਬੱਚਾ ਇਹੀ ਗੱਲ ਕਰਿਆ। ਥੈਂਕ ਯੂ। ਮੈਂ ਇੱਕ ਗੱਲ ਮੈਂ ਜ਼ਰੂਰ ਪੁੱਛਣਾ ਚਾਹੁੰਦਾ, ਜਿਹੜੇ ਕਾਂਗਰਸ ਦੇ MP ਉੱਥੇ ਬੈਠੇ ਹੈ, ਕਿਹੜੀ ਗੱਲ ਹੈ ਜਿਹੜੇ ਪਿਊਸ਼ ਗੋਇਲ ਨੇ ਉਹਨਾਂ ਨੂੰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੈਂਟਰ ਸਰਕਾਰ ਨਾਲ ਕੀਤੀ? ਜੇ ਉਹ ਦੱਸ ਦਿੰਦੇ ਤਾਂ ਬਾਹਰ ਕਾਂਗਰਸੀ ਨਿਕਲ ਨਹੀਂ ਸਕਦੇ ਸੀ। ਪੰਜਾਬ ਕਾਂਗਰਸ ਨੇ 14 ਤਰੀਕ ਨੂੰ ਸਾਰੇ ਪੰਜਾਬ ਨਹੀਂ ਨਹੀਂ ਮੈਂ ਇਹ ਗੱਲ ਉਹ ਕਾਂਗਰਸ ਦੇ MP ਜਵਾਬ ਦੇਣ ਕਿ CM ਜਵਾਬ ਦੇ, ਕਿਹੜੀ ਗੱਲ ਹੈ ਜਿਹੜੇ ਤੁਸੀਂ ਕੀਤੀ ਹੈ ਜਿਹਨਾਂ ਤੁਹਾਨੂੰ ਤੁਸੀਂ ਪੰਜਾਬ, ਜੇ ਉਹ BJP ਸਰਕਾਰ ਦੱਸਦੇ ਤਾਂ ਤੁਸੀਂ ਪੰਜਾਬ 'ਚ ਬਾਹਰ ਨਹੀਂ ਘਰੋਂ ਨਿਕਲ ਸਕਣਾ। ਇਹਦਾ ਮਤਲਬ ਤੁਸੀਂ ਕੋਈ ਇਹੋ ਜਿਹੀ ਕਮਜ਼ੋਰੀ ਆਪਣੀ ਦਿਖਾਈ ਹੈ, ਤੁਸੀਂ ਕੋਈ ਪਿੱਠ ਛੁਰਾ ਮਾਰਿਆ ਕਿਸਾਨ ਦਾ, ਜਿਹੜੀ ਉਹਨਾਂ ਨੂੰ ਪਤਾ ਹੈ ਜਿਹੜਾ ਤੁਸੀਂ ਉਹਦੇ ਸਾਹਮਣੇ ਗੱਲ ਕਰਕੇ ਆਏ ਹੈ। ਮੁੱਖ ਮੰਤਰੀ ਦਾ ਮਤਲਬ ਹੈ ਦੇਸ਼ ਦੀ, ਆਪ ਸੂਬੇ ਦੀ ਸੇਵਾ। ਮੁੱਖ ਮੰਤਰੀ ਦਾ ਸੂਬੇ ਨਾਲ ਗੱਦਾਰੀ ਕਰਨ ਦਾ ਕੰਮ ਨਹੀਂ ਹੈ। ਜੇ ਮੁੱਖ ਮੰਤਰੀ ਨੇ ਗੱਦਾਰੀ ਕੀਤੀ ਹੈ, ਜੇ ਦੇਸ਼ ਦੇ ਉਹਨਾਂ ਦੇ ਪਿਊਸ਼ ਗੋਇਲ ਜਿਹੜਾ ਉਹਨਾਂ ਦੇ ਮੰਤਰੀ ਨੇ ਕਿਹਾ ਗੱਦਾਰੀ ਕੀਤੀ ਹੈ ਪੰਜਾਬ ਨਾਲ, ਅਤੇ ਮਹਾਰਾਣੀ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਦੀ ਹਾਜ਼ਰੀ ਵਿੱਚ ਆਹ ਜਿਹੜੇ ਬਿਆਨ ਇਹਨਾਂ ਨੇ ਕਾਂਗਰਸ ਦੇ MPਆਂ ਨੇ ਕਿਹਾ, ਇਹ ਤੋਂ ਮਾੜੀ ਗੱਲ ਨਹੀਂ ਹੋ ਸਕਦੀ। ਮੁੱਖ ਮੰਤਰੀ ਇੱਕ ਦਿਨ ਮੁੱਖ ਮੰਤਰੀ ਰਹਿਣ ਦੇ ਲਾਇਕ ਨਹੀਂ ਹੈ। ਨੀਤੀ ਖੇਡੀ ਜਾ ਰਹੀ, ਮੈਂ ਤੁਹਾਨੂੰ ਕਹਿੰਦਾ ਇੱਕ ਮਿੰਟ ਵੀ ਮੁੱਖ ਮੰਤਰੀ ਰਹਿਣ ਦੇ ਕਾਬਲ ਨਹੀਂ ਹੈ ਜਿਹੜਾ ਮੁੱਖ ਮੰਤਰੀ ਆਪਣੇ ਪੰਜਾਬ ਦੇ ਕਿਸਾਨਾਂ ਦੇ ਪਿੱਠ ਛਿੜਾ ਮਾਰੇ। ਕੀਤੀ ਹੈ ਕਿ ਹਰ ਵਰਗ ਨੂੰ ਜੋ ਚੀਜ਼ ਦੀ ਲੋੜ ਹੈ ਉਹ ਅਸੀਂ ਕੀਤੀ, ਪਰ ਇਸ ਕਰਕੇ ਪਰ ਇੱਕ ਸ਼੍ਰੋਮਣੀ ਅਕਾਲੀ ਦਲ ਕਿਤੇ ਬਰਦਾਸ਼ਤ ਨਹੀਂ ਕਰ ਸਕਦਾ ਜੇ ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਕੋਈ ਤੋੜੇ 'ਚ ਦਰੇੜ ਪਾਉਣ ਦੀ ਲੋੜ ਕੋਸ਼ਿਸ਼ ਕਰੇ। ਪੰਜਾਬ ਦੀ ਤਰੱਕੀ ਭਾਈਚਾਰਕ ਸਾਂਝ ਵਾਸਤੇ ਹੈ, ਪੰਜਾਬ ਵਿੱਚ ਅਮਨ ਸ਼ਾਂਤੀ ਸਭ ਤੋਂ ਜ਼ਰੂਰੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਜਾਤੇ ਮੈਂ ਸਪਸ਼ਟ ਕਹਿਣਾ ਚਾਹੁੰਦਾ ਸਾਰੇ ਪੰਜਾਬੀਆਂ ਨੂੰ, ਦੇਸ਼ਵਾਸੀਆਂ ਨੂੰ, ਪੰਜਾਬ ਵਿੱਚ ਅਮਨ ਸ਼ਾਂਤੀ ਰੱਖਣ ਵਾਸਤੇ, ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਵਾਸਤੇ ਜੋ ਵੀ ਕੁਰਬਾਨੀ ਦੇਣੀ ਪਏ ਸ਼੍ਰੋਮਣੀ ਅਕਾਲੀ ਦਲ ਕਰੇਗਾ। ਸਾਡਾ ਨਿਸ਼ਾਨਾ ਹੈ ਪੰਜਾਬ ਨੂੰ ਬਚਾਉਣ ਦਾ। ਬਹੁਤ ਮੁਸ਼ਕਿਲ ਦੌਰ ਤੋਂ ਪੰਜਾਬ ਨਿਕਲਿਆ, ਉਹ 15-20 ਸਾਲ ਜਿਹਦੇ ਕਰਕੇ ਆਪਾਂ ਬਹੁਤ ਪਿੱਛੇ ਚਲੇ ਗਏ। ਆਪਾਂ ਜਿਹੜੇ ਸਭ ਤੋਂ ਵਧੀਆ ਸੂਬਾ ਕਿਹਾ ਜਾਂਦਾ ਸੀ, ਸਭ ਤੋਂ ਤਰੱਕੀ ਵਾਲਾ ਸੂਬਾ ਕਿਹਾ ਜਾਂਦਾ ਸੀ, ਹੌਲੀ ਹੌਲੀ ਉਹ 15 ਸਾਲ ਦੌਰਾਨ ਆਪਾਂ ਬਹੁਤ ਪਿੱਛੇ ਚਲੇ ਗਏ। ਉਸ ਕਾਲੇ ਦਿਨ ਵਾਪਸ ਪੰਜਾਬ 'ਚ ਨਹੀਂ ਆ ਸਕਦੇ। ਆ ਸਾਰੇ ਪੰਜਾਬੀ ਪੜ੍ਹਨ ਕਰ ਲੈਣ, ਨਿਸ਼ਾਨਾ ਕਰਨ, ਜਿਹੜੀਆਂ ਪਾਰਟੀਆਂ
जे सेंटर की सरकार कोशिश भी करे वो जिहड़े उन्हां दे खिलाफ आपां संघर्ष करिए जिहड़े पंजाब नूं तोड़न दी पंजाब दे भाईचारक सांझ नूं तोड़न दी पंजाब दी अमन शांति ਪੰਗ ਕਰਨ ਦੀ ਕੋਸ਼ਿਸ਼ ਕਰ ਰਹੇ ਬਸ ਅਸੀਂ ਕਰੋੜਾਂ ਰੁਪਏ ਦੀ ਕੇਂਦਰ ਸਰਕਾਰ ਇੱਕ ਇਸ ਤਰ੍ਹਾਂ ਦੀ ਨੀਤੀ ਖੇਡ ਸਕਦੀ ਹੈ ਕਿ ਮੰਡੀਆਂ ਪਾ ਸਕਦੀ ਹੈ ਜਿਹੜੀ ਮੈਂ ਦੇਖ ਰਿਹਾ ਅਖਬਾਰਾਂ ਰਾਹੀਂ ਜਾਂ ਟੀ ਵੀ ਰਾਹੀਂ ਉਹਨਾਂ ਦੇ ਲੋਕ ਕਹਿ ਰਹੇ ਹੈ ਜਿਹੜਾ ਉਹਨਾਂ ਨੇ ਅੱਤਵਾਦੀ ਕਹਿਣਾ ਸ਼ੁਰੂ ਕਰਤਾ ਕਿ ਇਸ ਐਜੀਟੇਸ਼ਨ ਵਿੱਚ ਟੈਰਰਿਸਟ ਆ ਗਏ ਹੈ ਆਹ ਵੱਖਵਾਦੀ ਸੰਸਥਾ ਹੈ ਮੈਂ ਪੁੱਛਣਾ ਚਾਹੁੰਦਾ ਜੇ ਵੱਖਵਾਦੀ ਹੈ ਜੇ ਟੈਰਰਿਸਟ ਹੈ ਫਿਰ ਤੁਸੀਂ ਬੁਲਾਉਣੇ ਕਿਉਂ ਮੀਟਿੰਗ ਵਾਸਤੇ ਫਿਰ ਉਹਨਾਂ ਨੂੰ ਟੇਬਲ 'ਤੇ ਜੋ ਤੁਹਾਡੀ ਗੱਲ ਮੰਨ ਜਾਣ ਅਤੇ ਉਹ ਦੇਸ਼ ਭਗਤ ਹੈ ਜੇ ਨਾ ਮੰਨਣ ਇਹਦਾ ਮਤਲਬ ਅੱਤਵਾਦੀ ਹੈ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਆਹ ਸਾਰੇ ਦੇਸ਼ ਦੇ ਬੱਚੇ ਆ ਦੇਸ਼ ਸਾਡੇ ਵਾਸਤੇ ਸਭ ਤੋਂ ਪਹਿਲੇ ਦੇਸ਼ ਹੈ ਆਹ ਜਿਹੜੀ ਲੜਾਈ ਲੜ ਰਹੇ ਹੈ ਕਿਸਾਨ ਦੇਸ਼ ਵਾਸਤੇ ਹੀ ਲੜ ਰਹੇ ਹੈ ਜੇ ਕਿਸਾਨ ਤਕੜਾ ਹੈ ਦੇਸ਼ ਤਕੜਾ ਹੈ ਪੰਜਾਬ ਅਤੇ ਹਰਿਆਣੇ ਦੇ ਜੇ ਆਪਾਂ ਉਹਨਾਂ ਦੀ ਗੱਲ ਵੀ ਮੰਨ ਲਈਏ ਪੰਜਾਬ ਅਤੇ ਹਰਿਆਣਾ 80-85% ਅੰਨ ਜਿਹੜੀ ਦੇਸ਼ ਦੀ ਰਿਕੁਆਇਰਮੈਂਟ ਪੈਦਾ ਕਰਕੇ ਦਿੰਦਾ ਜਿਹੜਾ ਸੂਬਾ 80-85% ਕਣਕ ਅਤੇ ਝੋਨਾ ਪੈਦਾ ਕਰਦਾ ਕੀ ਉਹਦੀ ਆਵਾਜ਼ ਘੱਟ ਹੈ ਜੇ ਉਹ ਕਿਸਾਨ ਹੈ ਯਾਦ ਕਰਨ 20 ਸਾਲ ਪਹਿਲੇ ਜਦੋਂ ਆਪਾਂ ਆਸਟ੍ਰੇਲੀਆ ਤੋਂ ਕਿੱਥੋਂ ਬਾਹਰੋਂ ਕਣਕ ਆਉਂਦੀ ਸੀ ਗੰਦੀ ਕਣਕ ਆਉਂਦੀ ਆਪਾਂ ਨੂੰ ਖਾਣੀ ਪੈਂਦੀ ਸੀ ਆਹ ਮਿਹਨਤ ਕਰਕੇ ਦੇਸ਼ ਦੀ ਕਿਸਾਨ ਆਹ ਜਿਹੜਾ ਜਾਣ ਕੇ ਕਹਿਣਾ ਕਿ ਇਕੱਲੇ ਪੰਜਾਬ ਹਰਿਆਣੇ ਦੇ ਕਿਸਾਨ ਹੈ ਨਹੀਂ ਦੇਸ਼ ਦੇ ਕੋਨੇ ਕੋਨੇ ਤੁਸੀਂ ਜਾ ਕੇ ਦੇਖੋ ਯੂਪੀ ਦੇ ਵੀ ਰਾਜਸਥਾਨ ਦੇ ਸਾਰੇ ਹੈ ਕਿਸਾਨ ਹੈ ਸੰਘਰਸ਼ ਵਿੱਚ ਆਹ ਜਿਹੜੀਆਂ ਚੀਜ਼ਾਂ ਜਦੋਂ ਸਰਕਾਰਾਂ ਮਨ ਬਣਾ ਲੈਣ ਬਦਨਾਮ ਕਰਨ ਨੂੰ ਫਿਰ ਏਜੰਸੀਆਂ ਕਈ ਵਿੱਚ ਆ ਜਾਂਦੀਆਂ ਜਿਹੜੀ ਇਸ ਐਜੂਟੇਸ਼ਨ ਨੂੰ ਬਦਨਾਮ ਕਰਨ ਦੇ ਪਹਿਲੇ ਕਿਉਂ ਨਹੀਂ ਪਿਛਲੀ ਗੱਲ ਸਭ 15 ਦਿਨ ਪਹਿਲੇ ਕਿਉਂ ਨਹੀਂ ਇਹ ਫੋਟੋਆਂ ਦਿਖਾਈਆਂ ਗਈਆਂ ਜੇ ਕੋਈ ਸੀ ਹੁਣ ਇੱਕਦਮ ਜਦੋਂ ਗੱਲ ਟੁੱਟ ਗਈ ਹੁਣ ਫੋਟੋਆਂ ਵੀ ਕੱਢਣ ਲੱਗ ਗਏ ਹੁਣ ਬਿਆਨ ਵੀ ਬਦਲ ਗਏ ਹੁਣ ਸਾਰੇ ਟੀ ਵੀ ਵਾਲੇ ਪਹਿਲੇ ਤਾਂ ਕਹਿੰਦੇ ਸੀ ਅੱਜ ਆਹ ਦੇਸ਼ ਭਗਤ ਹੈ ਸਾਰੇ ਸੈਂਟਰ ਸਰਕਾਰ ਕਹਿੰਦੀ ਸੀ ਸੈਂਟਰ ਸਰਕਾਰ ਕਹਿੰਦੀ ਸੀ ਆਓ ਗੱਲ ਸੁਣੋ ਗੱਲ ਸਾਰਾ ਕੁਛ ਕਰਨ ਨੂੰ ਤਿਆਰ ਹੈ ਤੁਸੀਂ ਵੱਡੀ ਗੱਲ ਹੈ ਸੈਂਟਰ ਦੀ ਸਰਕਾਰ ਨੇ ਸਾਰੀਆਂ ਅਮੈਂਡਮੈਂਟਸ ਕਹਿੰਦੇ ਅਸੀਂ ਕਰਨ ਨੂੰ ਤਿਆਰ ਹੈ ਮਤਲਬ ਕੀ ਹੈ ਉਹ ਸਮਝ ਗਿਆ ਕਿ ਉਹਨਾਂ ਨੇ ਜਿਹੜਾ ਕਾਨੂੰਨ ਬਣਾਇਆ ਗਲਤ ਹੈ ਮੈਂ ਉਹਨਾਂ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਬੀਜੇਪੀ ਅਮਰਿੰਦਰ ਸਿੰਘ ਦੇ ਕੋਲ ਕਿਸਾਨਾਂ ਨੂੰ ਜਾਣਾ ਚਾਹੀਦਾ ਸੀ ਉਹਨਾਂ ਨੇ ਲੜਾਈ ਇਹ ਬਿੱਟੂ ਨਹੀਂ ਕਹਿ ਰਹੇ ਨੇ ਕਿ ਮੈਂ ਬਿੱਟੂ ਦਾ ਬਿਆਨ ਸੁਣਿਆ ਬਿੱਟੂ ਨੇ ਕਿਹਾ ਕਿ ਜਦੋਂ ਅਸੀਂ ਪਿਊਸ਼ ਗੋਇਲ ਜੀ ਨੂੰ ਮਿਲਣ ਗਏ ਸੀ ਪਿਊਸ਼ ਗੋਇਲ ਨੇ ਕਿਹਾ ਸੀ ਜੇ ਮੈਂ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਜਾਂ ਸਾਡੇ ਨਾਲ ਜੋ ਕੈਪਟਨ ਅਮਰਿੰਦਰ ਸਿੰਘ ਗੱਲ ਕਰਦਾ ਜੇ ਮੈਂ ਦੱਸ ਦੇਵਾਂ ਤੁਹਾਨੂੰ ਬਾਹਰ ਕਿਸੇ ਨੇ ਨਿਕਲ ਨਹੀਂ ਦੇਣਾ ਮਤਲਬ ਕੀ ਹੈ ਕੈਪਟਨ ਸਾਹਿਬ ਕਹਿੰਦੇ ਕੁਛ ਹੈ ਕਰਦੇ ਕੁਛ ਹੈ ਆਹ ਜਿਹੜੇ ਜਿੰਨੇ ਕਾਨੂੰਨ ਬਣਾਏ ਹੈ ਜਿਹੜੇ ਸੈਂਟਰ ਦੇ ਬਣੇ ਹੈ ਕੈਪਟਨ ਅਮਰਿੰਦਰ ਸਿੰਘ ਨੇ 3 ਸਾਲ ਪਹਿਲੇ ਸਾਰੇ ਪੰਜਾਬ 'ਚ ਲਾਗੂ ਕਰਤੇ ਕਾਂਗਰਸ ਦੇ ਬਿੱਟੂ ਸਾਹਿਬ ਨੂੰ ਉਸ ਪੁੱਛੋ ਕਿ ਤੁਹਾਡੇ ਚੋਣ ਪੱਤਰ ਜਿਹੜਾ ਕਾਂਗਰਸ ਦਾ ਰਾਹੁਲ ਗਾਂਧੀ ਦਾ ਚੋਣ ਪੱਤਰ 2000 ਜਿਹੜਾ ਪਿਛਲੇ ਸਾਲ ਦਾ ਜਿਹਦੇ ਚੋਣ ਪੱਤਰ ਕਰਕੇ ਬਿੱਟੂ ਪਾਰਲੀਮੈਂਟ ਮੈਂਬਰ ਬਣਿਆ ਜਾਂ ਉਹਨਾਂ ਦੇ MP ਜਿਹੜੇ ਪਾਰਲੀਮੈਂਟ ਮੈਂਬਰ ਬਣਿਆ